ਦੋਸਤੋ ਪਿਛਲੇ ਕਾਫੀ ਦਿਨਾਂ ਤੋਂ ਦੋ ਮੁੱਦੇ ਕਾਫੀ ਚਰਚਾ ਦਾ ਵਿਸ਼ਾ ਬਣੇ ਰਹੇ ਨੇ ਜਿਸ ਤੇ ਅੱਜ ਕੁਝ ਗੱਲਾਂ ਕਰਨ ਲਈ ਤੁਹਾਡੇ ਨਾਲ ਰੂਪਰੂ ਹੋਇਆ ਇੱਕ ਕੋਈ ਡਾਕਟਰ ਗੁਰਿੰਦਰ ਸਿੰਘ ਰੇਟਾ ਆਪਣੇ ਉਹਨੂੰ ਦੱਸਣ ਵਾਲਾ ਉਹ ਬੰਦਾ ਮੈਂ ਉਸ ਬੰਦੇ ਤੋਂ ਸੁਚੇਤ ਕਰਨਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਸਿਰਫ ਤੇ ਸਿਰਫ ਜੱਟ ਬਰਾਦਰੀ ਅਤੇ ਜਿਹੜੇ ਮਜੀਵੀ ਸਿੰਘ ਭਰਾ ਨੇ ਉਹਨਾਂ ਦੇ ਵਿੱਚ ਲੜਾਈ ਪਾਉਣਾ ਚਾਹੁੰਦਾ ਇਹ ਕੱਲਾ ਬੋਲਦਾ ਜਦੋਂ ਬੋਲਦਾ ਇਹ ਸੋਚਦਾ ਵੀ ਜਿਹੜੇ ਜੱਟ ਵੀਰ ਨੇ ਉਹ ਮਜਬੀ ਸਿੱਖਾਂ ਦੇ ਖਿਲਾਫ ਬੋਲਣ ਇਹ ਭਾਈ ਚਾਰਕ ਦੰਗੇ ਕਰਾਉਣਾ ਚਾਹੁੰਦਾ ਇਹੋ ਜਿਹੇ ਬੰਦੇ ਤੋਂ ਬਚਜੋ ਕਿਉਂਕਿ ਇਹੋ ਜਿਹੇ ਬੰਦੇ ਅੱਗ ਲਾ ਕੇ ਆਪ ਸਕਿਉਰਟੀਆਂ ਲਈਆਂ ਹੁੰਦੀਆਂ ਤੇ ਆਪ ਤੇ ਵੜ ਜਾਂਦੇ ਨੇ ਕਿਤੇ ਦੂਰ ਜਾ ਕੇ ਤੇ ਸਾਡੇ ਵਰਗੇ ਜਿਹੜੇ ਲੋਕ ਨੇ ਅਸੀਂ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖਣ ਵਾਲੇ ਬੰਦੇ ਆ ਅਸੀਂ ਪਿੰਡਾਂ ਦੇ ਵਿੱਚ ਇਕੱਠੇ ਰਹਿੰਦੇ ਆ ਹਿੰਦੂ ਵੀਰ ਨੇ ਮੁਸਲਮਾਨ ਵੀਰ ਨੇ ਕ੍ਰਿਸਚੀਅਨ ਵੀਰ ਨੇ ਜਾਂ ਮਜਬੀ ਸਿੰਘ ਨੇ ਜਿੰਨੇ ਵੀ ਭਾਈਚਾਰੇ ਪਿੰਡਾਂ ਵਿੱਚ ਰਹਿੰਦੇ ਨੇ ਸਾਰੇ ਬੜੇ ਪਿਆਰ ਸਤਿਕਾਰ ਇਤਿਫਾਕ ਨਾਲ ਰਹਿੰਦੇ ਨੇ ਇਹ ਬੰਦਾ ਇਕੱਲਾ ਹੀ ਅੱਗ ਲਾ ਕੇ ਲੋਕਾਂ ਦੇ ਵਿੱਚ ਨਫ਼ਰਤ ਦੀ ਭਾਵਨਾ ਫਲਾ ਰਿਹਾ ਜੱਟ ਸ਼ਬਦ ਦਾ ਇੱਕ ਇਸਤੇਮਾਲ ਕਰਕੇ ਧੀਆ ਭੈਣਾਂ ਨੂੰ ਟਾਰਗੇਟ ਕਰਕੇ ਇਹ ਬਹੁਤ ਗਲਤ ਘਟੀਆ ਹਰਕਤ ਕਰ ਰਿਹਾ ਇਸ ਬੰਦੇ ਨੂੰ ਬਾਜਾ ਜਾਣਾ ਚਾਹੀਦਾ ਪਰਚਾ ਵੀ ਦਰਜ ਹੋਇਆ ਜਿਹੜੇ ਵੀਰ ਸੀਗੇ ਉਸ ਦਿਨ ਧਰਨੇ ਤੇ ਗਏ ਉਥੇ ਉਹਨਾਂ ਨੇ ਵੀ ਇਸ ਬੰਦੇ ਨੂੰ ਨੱਥ ਪਾਈ ਵੰਗਾਰਿਆ ਵੀ ਵੀ ਬੜਾ ਬਹਿ ਕੇ ਬੋਲਦਾ ਵੀ ਮਰਨਾ ਕਰੋ ਛਾਤੀ ਤੇ ਹੱਥ ਮਾਰ ਮਾਰ ਗੱਲਾਂ ਕਰਦਾ ਤੈਨੂੰ ਜੇ ਕੁਝ ਸ਼ਰਮ ਹੁੰਦੀ ਤੇਰੇ ਕੁਝ ਦਾਣਿਆਂ 'ਚ ਤੇਲ ਹੁੰਦਾ ਨਾ ਉੱਥੇ ਜਾਂਦਾ ਤੂੰ ਤੈਨੂੰ ਦੱਸ ਦਿੰਦੇ ਵੀ ਕਿੱਦਾਂ ਕਿਸੇ ਦੇ ਖਿਲਾਫ ਬੋਲੀਦਾ ਦੂਸਰੀ ਗੱਲ ਰਹੀ ਪਿਛਲੇ ਦਿਨੀ ਇੱਕ ਨਕਲੀ ਨਿਹੰਗ ਹਰਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਪ੍ਰੈਸ ਕਾਨਫਰੰਸ ਵਿੱਚ ਇਸ ਬੰਦੇ ਨੇ ਜੋ ਇਤਿਹਾਸ ਆ ਸਾਰਾ ਹੀ ਵਿਗਾੜ ਕੇ ਰੱਖਤਾ ਮੁਸਲਮਾਨ ਧਰਮ ਨੂੰ ਕਹਿੰਦਾ ਇਥੋਂ ਦਾ ਧਰਮ ਹੀ ਨਹੀਂ ਅਸਾਈ ਧਰਮ ਨੂੰ ਕਹਿੰਦਾ ਇਥੋਂ ਦਾ ਧਰਮ ਹੀ ਨਹੀਂ ਸਿੱਖ ਧਰਮ ਨੂੰ ਵੀ ਖਤਮ ਕਰਦਾ ਕਹਿੰਦਾ ਸਨਾਤਨੀ ਧਰਮ ਆ ਵੇਖ ਵੀਰ ਇੱਕ ਗੱਲ ਸੁਣ ਲਓ ਵੀਰੋ ਭਾਰਤ ਦੇ ਸੰਵਿਧਾਨ ਵਿੱਚ ਚਾਰ ਕੌਮਾਂ ਮੰਨੀਆਂ ਜਾਂਦੀਆਂ ਨੇ ਚਾਰ ਧਰਮ ਮੰਨੇ ਜਾਂਦੇ ਨੇ ਉਹਨਾਂ 'ਚ ਸਿੱਖ ਹਿੰਦੂ ਸਿੱਖ ਮੁਸਲਮਾਨ ਤੇ ਈਸਾਈ ਜਦੋਂ ਚਾਰ ਇਹ ਉਹ ਮੰਨਦੇ ਨੇ ਤੂੰ ਕਿਵੇਂ ਕਹਤਾ ਪੀ ਇਹ ਇੱਕੋ ਹੀ ਆ ਸਿੱਖ ਇੱਕ ਵੱਖਰੀ ਕੌਮ ਆ ਤੈਨੂੰ ਸਮਝ ਲੈਣਾ ਚਾਹੀਦਾ ਇਹਨਾਂ ਗੱਲਾਂ ਦੇ ਨਾਲ ਖਲਾਅ ਪੈਦਾ ਹੋ ਜਾਂਦੇ ਨੇ ਇਹਨਾਂ ਗੱਲਾਂ ਦੇ ਨਾਲ ਬਹੁਤ ਵੱਡੇ ਨੁਕਸਾਨ ਹੋ ਸਕਦੇ ਨੇ ਪਰ ਤੂੰ ਬਹੁਤ ਗਲਤ ਰਸਤੇ 'ਤੇ ਚੱਲ ਪਿਆ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਸਿਰਫ ਆਪਣੀ ਟੀਆਰਪੀ ਲਈ ਇੱਕ ਆਪਣੇ ਆਪ ਨੂੰ ਚਮਕਾਉਣ ਲਈ ਤੇਰੇ ਵਰਗੇ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਆ ਡੁੱਬ ਕੇ ਮਰ ਜਾਣਾ ਚਾਹੀਦਾ ਇਹੋ ਜੀਆਂ ਗੱਲਾਂ ਕਰਨ ਤੋਂ ਪਹਿਲਾਂ ਕਿ ਮੈਂ ਕਿਹੜੀ ਗੱਲ ਕਰਨ ਲੱਗਾ ਤੇਰੇ ਨਾਲ ਕੱਲ ਨੂੰ ਕਿਤੇ ਕੋਈ ਮੁਸਲਮਾਨ ਭਰਾ ਜਾਂ 크ਿਸਚਨ ਭਰਾ ਆਪਣੇ ਧਰਮ ਪ੍ਰਤੀ ਤਰਨਾ ਗੱਲ ਕਰ ਜਣ ਤੈਨੂੰ ਗੱਲ ਨਹੀਂ ਆਉਣੀ ਪਹਿਲਾਂ ਸੋਚ ਸਮਝ ਕੇ ਬੋਲੀਦਾ ਜਿਹੜੀ ਕੋਈ ਗੱਲ ਕਰਨੀ ਹੋਵੇ ਜਿਸ ਗੱਲ ਦਾ ਜਵਾਬ ਹੋਵੇ ਸਾਡੇ ਕੋਲ ਉਹ ਗੱਲ ਕਰੀਦੀ ਆ ਕਿਉਂਕਿ ਜਿਹੜੀ ਚੀਜ਼ ਦਾ ਨਾਂ ਪਤਾ ਵੀ ਉਹ ਮੁੱਦੇ ਨੂੰ ਕਦੀ ਛੇੜੀਦਾ ਨਹੀਂ ਧਰਮਾਂ ਤੇ ਗੱਲ ਕਰਨ ਵਾਲਾ ਤੂੰ ਕੌਣ ਹੋਣਾ ਇੱਕ ਧਰਮ ਜਿਹੜੇ ਚਾਰ ਧਰਮ ਵੱਡੇ ਮੰਨੇ ਜਾਂਦੇ ਨੇ ਇੱਥੇ ਭਾਰਤ ਵਿੱਚ ਤੂੰ ਉਹਨਾਂ ਚਾਰਾਂ ਧਰਮਾਂ ਨੂੰ ਚਾਰਾਂ ਦੇ ਇਤਿਹਾਸ ਹੀ ਖਤਮ ਕਰਤਾ ਤੂੰ ਕੋਈ ਕੁਝ ਸ਼ਰਮ ਨੂੰ ਹੱਥ ਮਾਰ ਸਿੱਖ ਇੱਕ ਵੱਖਰੀ ਗੌਮ ਆ ਅਸੀਂ ਮੰਨਦੇ ਆ ਸਾਰੇ ਮੰਨਦੇ ਆ ਤੇਰੀਆਂ ਵੀਡੀਓ ਤੇਰੇ ਇੱਕ ਆਪਣੇ ਅਰਦਾਸ ਟੀਵੀ ਪੰਜਾਬੀ ਚੈਨਲ ਤੇ ਪਈਆਂ ਨੇ ਉਸ ਵਿੱਚ ਤੂੰ ਆਪ ਸ਼ਿਵਸ਼ਣ ਵਾਲੇ ਵੀਰਾਂ ਨੂੰ ਇਤਿਹਾਸ ਸਵਾਲ ਕਰ ਰਿਹਾ ਉਸ ਸਵਾਲਾਂ ਦੇ ਵਿੱਚ ਇਹੀ ਕੀਤੇ ਵੀ ਸਿੱਖ ਵੱਖਰੀ ਗੌਮ ਆ ਤੁਸੀਂ ਕਿੱਦਾਂ ਕਹਿੰਦੇ ਹੋ ਉਦੋਂ ਸੱਚਾ ਹੀ ਹੋਣ ਕਿ ਤੂੰ ਹੁਣ ਸੱਚਾ ਉਦੋਂ ਤੇਰੀਆਂ ਜਿੰਨੀਆਂ ਵੀਡੀਓ ਨੇ ਗੱਲ ਚ ਕੋਈ ਗਾਨੀ ਨਹੀਂ ਕੋਈ ਮੱਥੇ ਤਿਲਕ ਨਹੀਂ ਕੋਈ ਹੋਰ ਜਿੰਨਾ ਤੂੰ ਹੁਣ ਕੀਤਾ ਪਖੰਡਾ ਹੀ ਨਹੀਂ ਜਿਹੜੇ ਵੀਰ ਹਿੰਦੂ ਵੀਰ ਨੇ ਹਿੰਦੂ ਧਰਮ ਦੇ ਜਿਹੜੇ ਸਤਕਾਰਯੋਗ ਮਹਾਪੁਰਸ਼ ਨੇ ਉਹਨਾਂ ਦਾ ਦਿਲੋਂ ਸਤਕਾਰ ਬਹੁਤ ਜ਼ਿਆਦਾ ਸਤਕਾਰ ਪਰ ਮੈਂ ਬੇਨਤੀ ਕਰਨੀ ਚਾਹੁੰਦਾ ਇਹੋ ਜਿਹੇ ਬੰਦੇ ਨੂੰ ਕਿਤੇ ਆਪਣੇ ਨਾਲ ਕਿਸੇ ਲੰਗਰ ਦੀ ਆੜ ਵਿੱਚ ਲਾਗੇ ਨਾ ਬਿਠਾ ਲਿਓ ਕਿਉਂਕਿ ਬਦਨਾਮ ਬੰਦਾ ਪਵਿੱਤਰ ਧਰਤੀ ਆ ਅਜੁੱਧਿਆ ਰਾਮ ਮੰਦਰ ਦੀ ਉਹੋ ਜੀ ਪਵਿੱਤਰ ਧਰਤੀ ਤੇ ਇਹੋ ਜਿਹੇ ਗੰਦੇ ਬੰਦੇ ਦੇ ਪੈਰ ਪੈਣ ਜਿਹੜਾ ਨਫ਼ਰਤ ਦੀ ਭਾਵਨਾ ਫਲਾਉਣਾ ਚਾਹੁੰਦਾ ਇਹੋ ਜਿਹੇ ਬੰਦੇ ਨੂੰ ਕਦੀ ਬਰਦਾਸ਼ਤ ਨਾ ਕਰਿਓ ਕਿਉਂਕਿ ਇਹੋ ਜਿਹੇ ਬੰਦੇ ਹਮੇਸ਼ਾ ਆਗ ਹੀ ਲਾਉਂਦੇ ਨੇ ਫਾਇਦਾ ਆਪਣਾ ਚੁੱਕਣ ਦੇ ਲਈ ਇਹ ਲੋਕ ਖਤਮ ਕਰ ਦਿੰਦੇ ਨੇ ਇਤਿਹਾਸ ਦੀਆਂ ਗੱਲਾਂ ਨੂੰ ਇਹ ਲੋਕ ਖਤਮ ਕਰ ਦਿੰਦੇ ਨੇ ਭਾਈਚਾਰਕ ਸਾਂਝਾਂ ਨੂੰ ਇਹਨਾਂ ਲੋਕਾਂ ਤੋਂ ਬਚਨ ਦੀ ਲੋੜ ਆ ਸੋ ਮੇਰੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਆ ਤੁਸੀਂ ਇਸ ਬੰਦੇ ਦੇ ਖਿਲਾਫ ਕੋਈ ਨਾ ਕੋਈ ਐਕਸ਼ਨ ਆਪਣੇ ਤੌਰ ਤੇ ਲਓ ਕਿਉਂਕਿ ਇਹਨੇ ਬਾਣਾ ਪਾਇਆ ਹੋਇਆ ਜਿਹੜਾ ਇਸ ਬੰਦੇ ਨੇ ਬਾਣਾ ਪਾਇਆ ਨਾ ਉਸ ਬਾਣੇ ਦੀ ਆੜ ਦੇ ਵਿੱਚ ਇਹ ਬੰਦਾ ਤੁਹਾਨੂੰ ਬਦਨਾਮ ਕਰ ਰਿਹਾ ਕਿਉਂਕਿ ਜੇ ਇਸ ਬੰਦੇ ਦੇ ਉੱਤੇ ਜਿੱਡੇ-ਜਿੱਡੇ ਇਲਜ਼ਾਮ ਨੇ ਜਿਵੇਂ ਇੱਕ ਬੀਬੀ ਨੇ ਪ੍ਰੈਸ ਕਾਨਫਰੰਸ ਕੀਤੀ ਆ ਵੀ ਮੇਰੇ ਨਾਲ ਇਸ ਬੰਦੇ ਨੇ ਦੁਸ਼ਕਰਮ ਕੀਤਾ ਉਹਦੀ ਐਫਆਈਆ ਦਰਜ ਆ ਬਲਾਤਕਾਰ ਦੀ ਇਹ ਬੰਦਾ ਜੇ ਇੱਕ ਤੇ ਸਿੱਖ ਧਰਮ ਦਾ ਆਗੂ ਬਣ ਰਿਹਾ ਐਜੇ ਨਿਹੰਗ ਸਿੰਘ ਤੇ ਮੇਰੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਸੀਂ ਗੁਰੂ ਕੀਆ ਲਾੜ ਲੀਆਂ ਫੌਜਾਓ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਤੁਸੀਂ ਜੰਗਾਂ ਲੜੀਆਂ ਤੁਹਾਡਾ ਸਤਕਾਰ ਦੁਨੀਆ ਦੇ ਵਿੱਚ ਰਹਿੰਦੀ ਦੁਨੀਆ ਤੱਕ ਹਮੇਸ਼ਾ ਕਾਇਮ ਰਹਿਣਾ ਜੇ ਇਹੋ ਜਿਹੇ ਬੰਦੇ ਇਹੋ ਜਿਹੇ ਬੰਦੇ ਇਹੋ ਜੀਆਂ ਟਿੱਪਣੀਆਂ ਕਰਨਗੇ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਬੰਦਿਆਂ ਨੂੰ ਆਪਣੇ ਲਾਗੇ ਨਾ ਵਜਣ ਦਿਓ ਇਹਨਾਂ ਦਾ ਤੁਸੀਂ ਆਪਣੇ ਤੌਰ ਤੇ ਇਹਨਾਂ ਕੋਲ ਜਵਾਬ ਲਓ ਵੀ ਇਹ ਤੂੰ ਕਿਹਦੇ ਬਿਹੱਵ ਤੇ ਇਹ ਗੱਲਾਂ ਕੀਤੀਆਂ ਨੇ ਕਿਉਂਕਿ ਇਹਦਾ ਜਿਹੜਾ ਬਾਣਾ ਆ ਉਹ ਸਾਰਿਆਂ ਨੂੰ ਬਦਨਾਮ ਕਰੂਗਾ ਬਾਕੀ ਰਹੀ ਗੱਲ ਜੇ ਲੰਗਰ ਲਾਉਣਾ ਤੇ ਲਾਵੇ ਪਰ ਧਰਮਾਂ ਬਾਰੇ ਗਲਤ ਟਿੱਪਣੀਆਂ ਕਰਨ ਦੀ ਇਸ ਬੰਦੇ ਨੂੰ ਕਿਹਨੇ ਇਜਾਜ਼ਤ ਦਿੱਤੀ ਮੇਰੀ ਨਿਹੰਗ ਜਥੇ ਬੰਦਿਆਂ ਨੂੰ ਬੜੀ ਹੱਥ ਜੋੜ ਕੇ ਬੇਨਤੀ ਆ ਵੀ ਇੱਕ ਉਥੇ ਮੈਂ ਅੱਜ ਵੀਡੀਓ ਵੇਖ ਰਿਹਾ ਸੀਗਾ ਉਹ ਕੁੱਲੜ ਪੀਜੇ ਵਾਲੇ ਜਿਹੜੇ ਉਥੇ ਦੋਵੇਂ ਮੀਆਂ ਬੀਬੀ ਆਪਣਾ ਕਾਰੋਬਾਰ ਚਲਾ ਰਹੇ ਨੇ ਉਥੇ ਜਾ ਕੇ ਧਰਨਾ ਲਾਤਾ ਉੱਥੇ ਉਹਨਾਂ ਕੋਲ ਜਾ ਕੇ ਤੁਸੀਂ ਉਹਨਾਂ ਕੋਲ ਜਵਾਬ ਮੰਗ ਰਹੇ ਹੋ ਜਵਾਬ ਤੇ ਇਸ ਬੰਦੇ ਕੋਲ ਮੰਗਣ ਦੀ ਲੋੜ ਆ ਜਿਹੜਾ ਬੰਦਾ ਸਾਰੇ ਧਰਮਾਂ ਦਾ ਇਤਿਹਾਸ ਜਿਹੜੇ ਬੰਦੇ ਨੇ ਮਿਲਾਵਟੀ ਕਰਤਾ ਜਿਹੜੇ ਬੰਦੇ ਨੇ ਆਪਣੇ ਨਿੱਜੀ ਮੁਫਾਦ ਲਈ ਤੁਹਾਡਾ ਸਾਰਿਆਂ ਦਾ ਜੋ ਸੀਗਾ ਸਾਰਿਆਂ ਨੂੰ ਇੱਕ ਕਟੜੇ 'ਚ ਲੈ ਕੇ ਖੜਾ ਕਰਤਾ ਵੀ ਕੀ ਜਿਹੜੇ ਮੁਸਲਮਾਨ ਵੀਰ ਨੇ ਉਹ ਕੀ ਸੋਚਣਗੇ ਜਿਹੜੇ ਇਸਾਈ ਵੀਰ ਨੇ ਉਹ ਕੀ ਸੋਚਣਗੇ ਪਿੰਡਾਂ ਵਿੱਚ ਨਫ਼ਰਤ ਦੀ ਭਾਵਨਾ ਪੈਦਾ ਹੋ ਜੂ ਇਹ ਗੱਲਾਂ ਦੇ ਨਾਲ ਇਸ ਬੰਦੇ ਨੂੰ ਰੋਕਣਾ ਬਹੁਤ ਜ਼ਰੂਰੀ ਆ ਤੇ ਫਰਜ਼ ਆ ਜਿਹੜੀਆਂ ਜਿਹੜੇ ਦਲਪੰਥ ਨੇ ਜਿਨ੍ਹਾਂ ਦੇ ਉੱਤੇ ਸਿੱਖ ਪੰਥ ਹਮੇਸ਼ਾ ਮਾਣ ਕਰਦਾ ਰਿਹਾ ਜਿਨ੍ਹਾਂ ਦਾ ਸਤਕਾਰ ਹਮੇਸ਼ਾ ਰਿਹਾ ਜਿਹੜੇ ਦਲਪੰਥ ਅੱਜ ਵੀ ਕੌਮ ਦੀ ਸੇਵਾ ਕਰਦੇ ਨੇ ਬੜੇ ਵੱਡੇ ਪੱਧਰ ਤੇ ਵੱਡੀਆਂ ਸੇਵਾਵਾਂ ਕਰ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਇਸ ਬੰਦੇ ਨੂੰ ਨੱਥ ਪਾਓ ਇਸ ਬੰਦੇ ਨੂੰ ਤੁਸੀਂ ਜੇਕਰ ਥੋੜਾ ਜਿਹਾ ਵੀ ਹੋਰ ਖੁੱਲਾ ਛੱਡਤਾ ਤੇ ਇਹ ਨੁਕਸਾਨ ਬਹੁਤ ਕਰੂਗਾ ਧੰਨਵਾਦ